चैनल नू सबसक्राइब करो जी ते बैल आइकॉन नू प्रेस करो जी ताके साड़ियां आउन वालियां हर अपडेट्स तुहानू प्राप्त हो सकन। धन्यवाद जी। वाहिगुरु जी का खालसा, वाहिगुरु जी की फतेह। हाँ जी गुरु प्यारिओ, ठीक ठाक जी, सब चढ़ती कला। तो अज असी जी पटियाले जा रहे हैं, ये साडा दूसरा ब्लॉग है। तो नाल मेरे भाई गुणदीप सिंह, ये अज कार चलाउणगे। तो हाँ जी गुणदीप सिंह जी, बस वधिया महाराज, आपां हुण चलीए। तो रस्ते च आपां पिछली सीट अपनी खाली है, असी सुखप्रीत सिंह नूं आपां रस्ते चो लवांगे। तो रस्ते चो लै के फिर आपां जिस तरह अगली जिहड़ी अपडेट्स होणगियां ओह नाल नाल आप जी दिंदे रहांगे। ठीक है, असीस बख्शो जी। वाहिगुरु जी का खालसा, वाहिगुरु जी की फतेह जी। राखो शरणाई, राखो शरणाई, राखो शरणाई, राखो साहिब श्री गुरु तेग बहादुर साहब जी का पावन पवित्र स्थान गुरद्वारा श्री दुख निवारण साहब जी पटियाला करो जी दर्शन दे दारे। वाहेगुरु जी की फतेह जी। ये आ जी पटियाला शेरां वाला गेट। सात संगत जी, जिवें कि आप जी नूं पता है जी पटियाला समागम असीं आए हाँ। तो सब तो पहला साढ़े सत्कारयोग नागी भाजी, जो इन्हां दी बहुत ही पुरानी शॉप है नागी इंस्ट्रूमेंट नाम ते। तो आप जी सारे देशों विदेशों में आप जी सारे जानते हो, तकरीबन सारे ही कीर्तनीए इन्हां दे साज इंस्ट्रूमेंट यूज़ करते हैं। मैं नहीं लगता कोई ऐसा इंस्ट्रूमेंट हो जिहड़ा इस छत थले मौजूद ना हो, भी आप जी नूं दिखावांगे। तो साडा काफ़ी सालों तो इन्हां नाल प्यार है, तो अज आप जी उन्होंने दुकान पर भी असी सारा व्यू दिखावांगे। इन्हां कोल अज असी काफ़ी महीनों बाद आए हाँ। हर तरह की चीज़ इतने अवेलेबल है, ये तुहानूं नाल नाल दिखावांगे। आह देखो रमौणी कैसा डिफरेंट कलर है, तो बहुत सोहणे वजदे रमौणी। Oh.
ਰਾਤ ਨੂੰ ਫਤਿਹ ਬੁਲਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਿਆਰਿਓ, ਜਿਵੇਂ ਕਿ ਆਪ ਜੀ ਜਾਣਦੇ ਹੋ, ਦਸਰਿਆਂ ਦਾ ਅੱਜ ਪਟਿਆਲਾ ਵਿਖੇ ਸਮਾਗਮ ਸੀਗਾ। ਉਸ ਤੋਂ ਬਾਅਦ ਅਸੀਂ ਸਿੱਧਾ ਹੀ ਲੁਧਿਆਣਾ ਵਿਖੇ ਅੰਮ੍ਰਿਤ ਸਾਗਰ ਸਟੂਡੀਓ, ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਜੀ ਭਾਟੀਆ ਜੀ ਅਤੇ ਸਰਦਾਰ ਕਰਨਪ੍ਰੀਤ ਸਿੰਘ ਭਾਟੀਆ ਜੀ ਉਹਨਾਂ ਕੋਲ ਆਏ ਹਾਂ। ਅਤੇ ਦਸਰੇ ਜੱਥੇ ਦੀ ਰਿਕਾਰਡਿੰਗ ਚੱਲ ਰਹੀ ਸੀ, ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ। ਅਤੇ ਬਹੁਤ ਹੀ ਪਿਆਰੇ ਮਿੱਠੇ ਸੁਭਾਅ ਦੇ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਭਾਟੀਆ, ਸਰਦਾਰ ਕਰਮਪ੍ਰੀਤ ਸਿੰਘ ਜੀ ਭਾਟੀਆ, ਅਤੇ ਆਪ ਜੀ ਟੀ ਵੀ 'ਤੇ ਐਡ ਦੇਖਦੇ ਹੋ ਅੰਮ੍ਰਿਤ ਸਾਗਰ ਕੰਪਨੀ ਦੀ, ਬੜੇ ਹੀ ਪੰਥ ਦੇ ਪ੍ਰਸਿੱਧ ਕੀਰਤਨੀਆਂ ਦੀ ਜੋ ਇਹ ਸੀਡੀਆਂ ਆਡੀਓ ਵੀਡੀਓ ਰਿਲੀਜ਼ ਕਰਦੇ ਨੇ ਅਤੇ ਦੇਸ਼ਾਂ ਵਿਦੇਸ਼ਾਂ ਦੇ ਸੰਗਤ ਤੱਕ ਪਹੁੰਚਾਉਂਦੇ ਨੇ, ਅਤੇ ਬੜੀ ਸੋਹਣੀ ਵੀਡੀਓ ਭਾਈ ਸਾਹਿਬ ਜੀ ਬਣਾਉਂਦੇ ਨੇ ਕਰਮਪ੍ਰੀਤ ਸਿੰਘ ਜੀ ਭਾਟੀਆ, ਤਾਂ ਜਿਵੇਂ ਅਸੀਂ ਟੀ ਵੀ 'ਚ ਦੇਖਦੇ ਹਾਂ ਬਹੁਤ ਸੋਹਣਾ ਉਹਦਾ ਰਿਜ਼ਲਟ ਆਉਂਦਾ ਹੈ। ਅਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ, ਉਹ ਆਪ ਜੀ ਨਾਲ ਦੋ ਸ਼ਬਦ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਭਾਅ ਜੀ ਸਿਰਫ ਤੁਹਾਡਾ ਧੰਨਵਾਦ ਕਰਾਂਗਾ ਕਿ ਮੇਰੀ ਬੇਨਤੀ 'ਤੇ ਮੇਰੇ ਦੋਨੇ ਵੀਰ ਚੱਲ ਕੇ ਮੇਰੇ ਕੋਲ ਪਹੁੰਚੇ ਅਤੇ ਜੱਥਾ ਸਾਡਾ ਪੂਰਾ ਆਇਆ, ਕਿਉਂਕਿ ਅੰਮ੍ਰਿਤ ਸਾਗਰ ਦਾ ਮੁੱਲ ਤਾਂ ਹੀ ਆ ਜੇ ਭਾਅ ਜੀ ਵਰਗੇ ਪਿਆਰੇ ਜੱਥੇ ਅੰਮ੍ਰਿਤ ਸਾਗਰ ਦੇ ਨਾਲ ਜੁੜਦੇ ਆ ਅਤੇ ਸਾਡਾ ਪਰਿਵਾਰ ਵੱਡਾ ਕਰਦੇ ਆ। ਇੱਕ ਵਾਰ ਤੁਹਾਡਾ ਸਾਰਿਆਂ ਦਾ ਫਿਰ ਤੋਂ ਭਾਅ ਜੀ ਤੁਹਾਡਾ ਧੰਨਵਾਦ ਭਰਾਵਾਂ ਦਾ, ਤੁਸੀਂ ਅੰਮ੍ਰਿਤ ਸਾਗਰ ਦੇ ਸਟੂਡੀਓ 'ਚ ਆਏ ਅਤੇ ਆਪ ਸੰਗਤਾਂ ਨੂੰ ਵੀ ਬੇਨਤੀ ਆ ਵੀ ਇੱਦਾਂ ਹੀ ਭਾਅ ਜੀ ਉਹਨਾਂ ਦਾ ਜਿਹੜਾ ਤੁਸੀਂ ਸਤਿਕਾਰ ਕਰਦੇ ਹੋ, ਇੰਨਾ ਪਿਆਰ ਕਰਦੇ ਹੋ, ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਾਸਤੇ ਵੀ ਬੜੇ ਸੁਭਾਗ ਵਾਲੀ ਗੱਲ ਹੈ ਕਿ ਸਾਨੂੰ ਉਹਨਾਂ ਨੇ ਯਾਦ ਕੀਤਾ ਅਤੇ ਅਸੀਂ ਇਹਨਾਂ ਦੇ ਸਟੂਡੀਓ ਆਏ ਹਾਂ ਅਤੇ ਸਾਡੀ ਵੀ ਸੀ ਡੀ ਇਸ ਕੰਪਨੀ 'ਚ ਆਊਗੀ ਅਤੇ ਆਪ ਜੀ ਟੀ ਵੀ 'ਤੇ ਅਤੇ ਯੂਟਿਊਬ 'ਤੇ ਹਰੇਕ ਜਗ੍ਹਾ ਆਪ ਸਰਵਣ ਕਰ ਸਕਦੇ ਹੋ। ਥੋੜ੍ਹੇ ਦਿਨਾਂ ਤੱਕ ਰਿਲੀਜ਼ ਹੋ ਜਾਣੇ ਸਾਰੇ ਸ਼ਬਦ ਅਤੇ ਬਾਕੀ ਅਗਲੀ ਅਪਡੇਟ ਆਪ ਜੀ ਨੂੰ ਇਸੇ ਤਰ੍ਹਾਂ ਦਿੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੀ ਭਗਤ ਨਾ ਛੋਡੋ, ਤੇਰੀ ਭਗਤ ਨਾ ਛੋਡੋ, ਤੇਰੀ ਭਗਤ ਨਾ ਛੋਡੋ, ਤੇਰੀ ਭਗਤ ਨਾ ਛੋਡੋ। ਭਾਵੇਂ ਲੋਕ ਹੱਸੇ, ਭਾਵੇਂ ਲੋਕ ਹੱਸੇ, ਭਾਵੇਂ ਲੋਕ ਹੱਸੇ, ਤੇਰੀ ਭਗਤ ਨਾ ਛੋਡੋ, ਤੇਰੀ ਭਗਤ ਨਾ ਛੋਡੋ, ਤੇਰੀ ਭਗਤ ਨਾ ਛੋਡੋ, ਤੇਰੀ ਭਗਤ ਨਾ ਛੋਡੋ। ਹਾਂਜੀ ਵਾਹਿਗੁਰੂ ਜੀ, ਗੁਰੂ ਪਿਆਰਿਓ, ਅਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਅੱਜ ਦਸਰਿਆਂ ਜੱਥੇ ਦਾ ਸਮਾਗਮ ਪਟਿਆਲਾ ਵਿਖੇ ਸੀਗਾ ਅਤੇ ਉਸ ਤੋਂ ਉਪਰੰਤ ਲੁਧਿਆਣਾ ਵਿਖੇ ਅੰਮ੍ਰਿਤ ਸਾਗਰ ਦੇ ਸਟੂਡੀਓ ਜੋ ਦਸਰਿਆਂ ਜੱਥੇ ਦੀ ਰਿਕਾਰਡਿੰਗ ਚੱਲ ਰਹੀ ਸੀਗੀ, ਉਸ ਸੰਬੰਧ ਵਿੱਚ ਕੁਛ ਰੁਝੇਵਾਂ ਸੀਗਾ। ਹੁਣ ਅਸੀਂ ਫ੍ਰੀ ਹੋ ਗਏ ਹਾਂ ਜੀ ਅਤੇ ਹੁਣ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਉਣ ਲੱਗੇ ਹਾਂ ਅਤੇ ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਇਹ ਵਲੋਗ, ਪਟਿਆਲਾ ਵਲੋਗ ਬਹੁਤ ਪਸੰਦ ਆਇਆ ਹੋਏਗਾ ਅਤੇ ਆਪ ਜੀ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਜਲਦੀ ਫਿਰ ਅਸੀਂ ਨਵੀਂ ਜਗ੍ਹਾ ਤੋਂ ਨਵਾਂ ਵਲੋਗ ਬਣਾ ਕੇ ਅਤੇ ਆਪਣੇ ਚੈਨਲ ਤੋਂ ਅਪਲੋਡ ਕਰਾਂਗੇ। ਦਿਓ ਸੀਸ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਖੋ ਸ਼ਰਣਾਈ, ਰਾਖੋ ਸ਼ਰਣਾਈ,
ਰੱਖੋ ਸ਼ਰਣਾਈ।